ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਨੈਨੋ ਯੂਰੀਆ ਖਾਦ ਦਾ ਇਸਤੇਮਾਲ ਕਰਨ ਲਈ ਆਖਿਆ ਹੈ। ਤੁਹਾਨੂੰ ਦੱਸ ਦਈਏ ਕਿ ਸਾਲ 2019 ਦੇ ਵਿੱਚ ਇਸ ਨੂੰ ਪਹਿਲੀ ਵਾਰ ਲਿਆਂਦਾ ਗਿਆ ਸੀ। ਹਾਲਾਂਕਿ ਪੰਜਾਬ ਦੇ ਕਿਸਾਨ ਮੇਲਿਆਂ ਦੇ ਵਿੱਚ ਵੀ ਨੈਨੋ ਯੂਰੀਆ ਦਾ ਮੁੱਦਾ ਵਿਵਾਦਾਂ 'ਚ ਹੈ ਅਤੇ ਕਿਸਾਨ ਪਹਿਲੀਆਂ ਜੋ ਖਾਦਾਂ ਹੋਂਦ ਵਿੱਚ ਨੇ ਉਹਨਾਂ ਦੀ ਹੀ ਫਿਲਹਾਲ ਵਰਤੋਂ ਕਰ ਰਹੇ ਨੇ, ਪਰ ਉੱਥੇ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਵੀ ਇਸ ਖਾਦ ਦੀ ਵਰਤੋਂ ਕਰਨ ਤੋਂ ਸਾਫ਼ ਇਨਕਾਰ ਕੀਤਾ ਹੈ ਕਿਉਂਕਿ ਇਸ ਦੇ ਜੋ ਨਤੀਜੇ ਨੇ ਉਹ ਗਲਤ ਆਏ ਨੇ। ਜੋ ਫੀਲਡ ਦੇ ਵਿੱਚ ਜਦ ਇਸ ਨੂੰ ਅਜ਼ਮਾਇਆ ਗਿਆ, ਖੇਤਾਂ ਦੇ ਵਿੱਚ ਇਸ ਦਾ ਇਸਤੇਮਾਲ ਕੀਤਾ ਗਿਆ, ਤਾਂ ਇਸ ਦੇ ਨਤੀਜੇ ਕਾਫ਼ੀ ਹੱਦ ਤੱਕ ਜੋ ਨੇ ਗਲਤ ਆਏ ਨੇ, ਜਿਸ ਨੂੰ ਲੈ ਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਵੀ ਇਸ ਦੀ ਵਰਤੋਂ ਤੋਂ ਇਨਕਾਰ ਕੀਤਾ। ਪਰ ਉੱਥੇ ਵਿਗਿਆਨ ਸੋਇਲ ਸਾਇੰਸ ਦੇ ਪ੍ਰਿੰਸੀਪਲ ਡਾਕਟਰ ਰਾਜੀਵ ਸਿੱਕਾ ਨੇ ਦੱਸਿਆ ਕਿ ਨੈਨੋ ਯੂਰੀਆ ਦੇ ਵਿੱਚ 20% ਜੋ ਨਾਈਟ੍ਰੋਜਨ ਹੋਣ ਦਾ ਦਾਅਵਾ ਕੀਤਾ ਗਿਆ ਅਤੇ ਜੋ ਕੰਪਨੀਆਂ ਇਸ ਨੂੰ ਤਿਆਰ ਕਰਦੀਆਂ ਨੇ ਉਹ ਵੀ ਇਸ ਦੀ ਜੋ ਹੈ ਪ੍ਰਸ਼ੰਸਾ ਕਰਦੀਆਂ ਥੱਕ ਨਹੀਂ ਰਹੀਆਂ। ਪਰ ਫਿਲਹਾਲ ਇਹ ਮੁੱਦਾ ਵਿਵਾਦਾਂ ਦੇ ਵਿੱਚ ਬਣਿਆ ਹੋਇਆ ਕਿਉਂਕਿ ਇੱਕ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕਹਿਣਾ ਹੈ ਕਿ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਪਰ ਉੱਥੇ ਹੀ ਵਿਗਿਆਨ ਸੋਇਲ ਸਾਇੰਸ ਦੇ ਪ੍ਰਿੰਸੀਪਲ ਦਾ ਇਹ ਵੀ ਕਹਿਣਾ ਇਸ ਦੇ ਪਹਿਲੇ ਟ੍ਰਾਇਲ ਦੇ ਵਿੱਚ ਹੀ ਜਦ ਇਸ ਨੂੰ ਫਸਲਾਂ ਬਿਜਾਈ ਦੇ ਵਿੱਚ ਵਰਤਿਆ ਗਿਆ ਤਾਂ ਇਸ ਦੇ ਨਤੀਜੇ ਠੀਕ ਨਹੀਂ ਆਏ ਸਨ। ਇੱਥੋਂ ਤੱਕ ਕਿ ਜੋ ਫਸਲਾਂ ਦੀ ਝਾੜ ਹੈ ਉਸ 'ਤੇ ਵੀ ਵੱਡਾ ਅਸਰ ਦੇਖਣ ਨੂੰ ਮਿਲਿਆ ਸੀ ਅਤੇ ਉਸਦੇ ਨਤੀਜਿਆਂ 'ਚ ਫਸਲਾਂ ਦੀਆਂ ਜੋ ਜੜ੍ਹਾਂ ਸੀ ਉਹ ਵੀ ਕਮਜ਼ੋਰ ਆਈਆਂ ਸਨ, ਜਿਸ ਨਾਲ ਕਿ ਫਸਲ ਦੀ ਜੜ੍ਹਾਂ ਦਾ ਜੋ ਵਿਸਥਾਰ ਸੀ ਉਹ ਸਹੀ ਢੰਗ ਨਾਲ ਨਹੀਂ ਹੋ ਰਿਹਾ ਸੀ। ਤਾਂ ਨੈਨੋ ਯੂਰੀਆ ਖਾਦ ਨੂੰ ਲੈ ਕੇ ਜੋ ਇੱਕ ਵਿਵਾਦ ਹੈ ਉਹ ਛਿੜਿਆ ਹੋਇਆ। ਹਾਲਾਂਕਿ ਕੇਂਦਰ ਸਰਕਾਰ ਦਾ ਕਿਸਾਨਾਂ ਨੂੰ ਇਹੀ ਕਿਹਾ ਗਿਆ ਕਿ ਉਹ ਇਸਦਾ ਇਸਤੇਮਾਲ ਕਰਨ, ਪਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅਤੇ ਕਿਸਾਨ ਇਸ ਦੀ ਵਰਤੋਂ ਨੂੰ ਲੈ ਕੇ ਹਜੇ ਰੁਕੇ ਹੋਏ ਹਨ ਕਿਉਂਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਵੀ ਇਸ ਦੀ ਵਰਤੋਂ 'ਤੇ ਫਿਲਹਾਲ ਰੋਕ ਲਗਾਈ ਹੈ। ਭੂਮੀ ਵਿਭਾਗ ਦੇ ਵਿੱਚ ਕੰਮ ਕਰਦਾ ਬਤੌਰ ਪ੍ਰਿੰਸੀਪਲ ਸੋਇਲ ਕੈਮਿਸਟ। ਡਾਕਟਰ ਸਾਹਿਬ, ਪਿਛਲੇ ਕਾਫੀ ਸਾਲਾਂ ਤੋਂ ਜਿਹੜਾ ਇੱਕ ਨੈਨੋ ਯੂਰੀਆ ਦਾ ਕਨਸੈਪਟ ਹੈ ਉਹ ਪੇਸ਼ ਕੀਤਾ ਜਾ ਰਿਹਾ ਕਿਸਾਨਾਂ ਲਈ ਦੇਸ਼ ਭਰ ਦੇ। ਸੋ ਉਹ ਕਨਸੈਪਟ ਜਿਹੜਾ ਉਹ PAU ਵੱਲੋਂ ਲਗਾਤਾਰ ਨਕਾਰਿਆ ਗਿਆ, ਸੋ ਤੁਸੀਂ ਉਹਦੀ ਖੋਜ ਵੀ ਕੀਤੀ ਹੈ ਲਗਾਤਾਰ, ਸੋ ਫੀਲਡ ਜਿਹੜੇ ਹੈ ਉਹ ਪ੍ਰੈਕਟੀਕਲ ਵੀ ਹੋਏ ਨੇ, ਸੋ ਕਿਸ ਤਰ੍ਹਾਂ ਦੇ ਨਤੀਜੇ ਵੇਖਣ ਨੂੰ ਮਿਲੇ ਅਤੇ ਕੀ ਕੁਝ ਕਾਰਨ ਨੇ ਜਿਹੜਾ ਉਸ ਨੂੰ ਨਕਾਰਿਆ? ਨੈਨੋ ਯੂਰੀਆ ਜਿਹੜੀ ਹੈ 2019 ਦੇ ਵਿੱਚ ਲਾਂਚ ਕੀਤੀ ਸੀ ਪਹਿਲੀ ਵਾਰ ਇਫਕੋ ਕੰਪਨੀ ਨੇ, ਅਤੇ 2019 ਦੇ ਵਿੱਚ ਹੀ ਉਹਨਾਂ ਨੇ ਸਾਨੂੰ ਆਪਣਾ ਕੰਟੈਕਟ ਕੀਤਾ ਸੀਗਾ ਅਤੇ ਅਸੀਂ ਉਹਨਾਂ ਨੂੰ ਅਸੀਂ ਪ੍ਰੋਜੈਕਟ ਬਣਾ ਕੇ ਦਿੱਤਾ ਸੀ। ਸਾਨੂੰ ਉਹਨਾਂ ਨੇ ਫੰਡ ਕੀਤਾ ਸੀ ਇਹ ਪ੍ਰੋਜੈਕਟ ਵੀ ਅਸੀਂ ਝੋਨਾ ਕਣਕ ਫਸਲੀ ਚੱਕਰ ਦੇ ਉੱਤੇ ਨੈਨੋ ਯੂਰੀਆ ਦੀ ਪਰਫੋਰਮੈਂਸ ਵੇਖਾਂਗੇ ਅਤੇ ਅਸੀਂ ਇਹਨਾਂ ਦੇ ਟ੍ਰਾਇਲ ਜਿਹੜੇ ਹੈ ਇਹਨਾਂ ਦਾ ਪ੍ਰੋਟੋਕੋਲ ਕੀ ਹੈ ਵੀ ਜਿਹੜੀ ਨੈਨੋ ਯੂਰੀਆ ਹੈ ਉਹਦੀਆਂ 2 ਬੋਤਲਾਂ ਤੁਸੀਂ ਪ੍ਰਤੀ ਏਕੜ ਪਾਣੀਆਂ ਆ, 500 ml ਦੀ ਬੋਤਲ ਹੈ ਜਿਹਦੇ 'ਚ ਕਹਿੰਦੇ 4% ਨਾਈਟ੍ਰੋਜਨ ਹੈ ਅਤੇ 125 ਲੀਟਰ ਪਾਣੀ ਦੇ ਵਿੱਚ ਘੋਲ ਕੇ ਪਾਣੀ ਹੈ, ਇੱਕ ਮੈਕਸੀਮਮ ਡਰਿਲਿੰਗ ਸਟੇਜ ਅਤੇ ਇੱਕ ਜਸਟ ਬਿਫੋਰ ਫਲਾਵਰਿੰਗ, ਅਤੇ ਇਹ ਕਹਿੰਦੇ ਵੀ ਉਹਦੇ ਨਾਲ ਅੱਧੀ ਜਿਹੜੀ ਤੁਹਾਡੀ ਯੂਰੀਆ ਉਹ ਬਚ ਜਾਂਦੀ ਵੀ ਜਦੋਂ ਅਸੀਂ 2 ਬੋਰੇ ਸਿਫਾਰਿਸ਼ ਕਰਦੇ ਹਾਂ ਪ੍ਰਤੀ ਏਕੜ ਯੂਰੀਆ ਦੇ ਤਾਂ ਇਹ ਕਹਿੰਦੇ ਆ ਵੀ ਤੁਸੀਂ 1 ਬੋਰਾ ਬਚਾ ਸਕਦੇ ਹਾਂ। ਅਸੀਂ ਟ੍ਰਾਇਲ ਕਰਕੇ ਵੇਖੇ, ਅਸੀਂ 2 ਸਾਲ ਪਹਿਲਾਂ ਟ੍ਰਾਇਲ ਕੀਤੇ, ਉਹ ਸਾਡੇ 2 ਸਾਲਾਂ ਦੇ ਟ੍ਰਾਇਲ ਦੇ ਵਿੱਚ ਸਾਨੂੰ ਇਹੀ ਦੇਖਿਆ ਵੀ 15-20% ਜਿਹੜਾ ਝਾੜ ਹੈ ਦੋਵੇਂ ਫਸਲਾਂ ਦਾ, ਝੋਨੇ ਦਾ ਵੀ ਅਤੇ ਕਣਕ ਦਾ ਵੀ, ਉਹ ਝਾੜ ਵੀ ਘਟਦਾ ਅਤੇ ਦੋਵੇਂ ਫਸਲਾਂ ਦੇ ਵਿੱਚ 15-20% ਜਿਹੜਾ ਪ੍ਰੋਟੀਨ ਦੀ ਮਾਤਰਾ ਵੀ ਉਹ ਘਟਦੀ ਹੈ। ਹੁਣ ਜਿਹੜਾ ਭਾਰਤ ਵਰਗੇ ਮੁਲਕ ਦੇ ਵਿੱਚ ਜਿੱਥੇ ਜਿਹੜਾ ਕਣਕ ਝੋਨਾ ਹੀ ਜਿਹੜਾ ਸਾਡਾ ਸਟੇਪਲ ਫੂਡ ਆ ਪ੍ਰੋਟੀਨ ਵਾਸਤੇ ਵੀ ਅਤੇ ਦੂਜੇ ਵਾਸਤੇ ਵੀ, ਅਤੇ ਜਿਹੜਾ ਝਾੜ ਦੇ ਪ੍ਰੋਟੀਨ ਦੇ ਵਿੱਚ ਘਾਟਾ ਆ ਇਹ ਸਾਡੀ ਨਿਊਟ੍ਰੀਸ਼ਨਲ ਸਿਕਿਉਰਿਟੀ ਨੂੰ ਜਿਹੜਾ ਥਰੈਟਨ ਕਰੂਗਾ, ਅਤੇ ਜਿਹੜਾ ਝਾੜ ਦਾ ਘਾਟਾ ਹੈ ਜਿਹੜਾ ਇਹ ਸਾਡੀ ਫੂਡ ਸਿਕਿਉਰਿਟੀ ਨੂੰ ਤਾਂ ਥਰੈਟਨ ਕਰੂਗਾ। ਇੱਕ ਗੱਲ ਮੈਂ ਇੱਥੇ ਬਹੁਤ ਜ਼ਰੂਰੀ ਕਹਿਣਾ ਚਾਹੁੰਦਾ, ਇਹ ਜਿਹੜਾ ਘਾਟਾ ਹੈ ਇਹ 15-20% ਜਿਹੜਾ ਸਾਡੇ ਪਹਿਲੇ 2 ਸਾਲਾਂ 'ਚ ਹੈ, ਜਦੋਂ ਕਿ ਸਾਲ ਦਰ ਸਾਲ ਜਿਹੜਾ ਇਹ ਘਾਟਾ ਵਧੀ ਜਾਏਗਾ ਕਿਉਂ ਜੋ ਜਿਹੜਾ ਸੋਇਲ ਦਾ ਵਿਚਲਾ ਨਾਈਟ੍ਰੋਜਨ ਦਾ ਪੂਲ ਆ ਜਦੋਂ ਜਦੋਂ ਵਿਦ ਟਾਈਮ ਉਹ ਖਤਮ ਹੁੰਦਾ ਜਾਏਗਾ ਅਸੀਂ ਘੱਟ ਪਾਵਾਂਗੇ ਅਤੇ ਉਹਨੇ ਖਤਮ ਹੋ ਜਾਣਾ ਅਤੇ ਝਾੜ ਦੇ ਉੱਤੇ ਹੋਰ ਜਿਹੜਾ ਆ ਉਹਦਾ ਮਾੜਾ ਅਸਰ ਪੈਣਾ। ਦੂਜੀ ਗੱਲ, ਕਿਉਂ ਜੋ ਨਾਈਟ੍ਰੋਜਨ ਜਿਹੜਾ ਇਹ ਮੁੱਖ ਤੱਤ ਹੈ
ਪਲਾਂਟ ਦਾ ਗਰੋਥ ਵਾਸਤੇ ਝਾੜ ਵਾਸਤੇ ਇਹਨੇ ਇਹਦੇ ਘੱਟ ਹੋਣ ਨਾਲ ਜੜ੍ਹਾਂ ਦਾ ਵੀ ਘੱਟ ਵਿਸਤਾਰ ਹੁੰਦਾ ਅਤੇ ਜਿਹੜੀਆਂ ਬਾਕੀ ਦੇ ਖੁਰਾਕੀ ਤੱਤਾਂ ਦੀ ਜਿਹੜੀ ਅਪਟੇਕ ਹੈ ਉਹਦੇ 'ਤੇ ਬਹੁਤ ਨੈਗੇਟਿਵ ਇੰਪੈਕਟ ਪੈਂਦਾ ਅਤੇ ਉਹਨਾਂ ਦਾ ਉਹਦੇ ਅਪਟੇਕ ਵੀ ਘੱਟਦੀ ਆ ਅਤੇ ਜੜ੍ਹਾਂ ਦਾ ਜੇ ਜੜ੍ਹਾਂ ਹੀ ਘੱਟ ਗਈਆਂ ਅਤੇ ਨਿਊਟ੍ਰੀਐਂਟ ਦੀ ਮਾਤਰਾ ਆਪੇ ਹੀ ਘਟਣੀ ਹੈ। ਇਹ 2 ਸਾਲ ਇਹਨਾਂ ਦੇ ਨੈਨੋ ਯੂਰੀਆ ਸੀਗਾ, 3ਜੇ ਸਾਲ ਇਹਨਾਂ ਦਾ ਆ ਗਿਆ ਸੁਪਰ ਨੈਨੋ ਯੂਰੀਆ, ਜਿਹਦੇ 'ਚ ਇਹਨਾਂ ਨੇ ਕਿਹਾ ਵੀ ਇਹਦੇ 'ਚ 8% ਜਿਹੜਾ ਆ ਨਾਈਟ੍ਰੋਜਨ ਹੁੰਦਾ। ਅਸੀਂ ਉਹਦੇ 'ਤੇ ਵੀ ਟ੍ਰਾਇਲ ਕਰਕੇ ਵੇਖੇ ਪਿਛਲੇ ਸਾਲ, ਉਹ ਅਸੀਂ ਦਿਖਾਏ ਫਾਰਮਰਸ ਨੂੰ ਵੀ ਦਿਖਾਏ, ਫਿਰ ਅਸੀਂ ਆਪਣੇ KVKS ਦੇ ਉੱਤੇ ਵੀ ਟ੍ਰਾਇਲ ਕਰਕੇ ਵੇਖੇ, ਫਾਰਮਰਸ ਫੀਲਡ 'ਤੇ ਵੀ ਟ੍ਰਾਇਲ ਕਰਕੇ ਵੇਖੇ, ਸਾਰੀ ਜਗ੍ਹਾ ਦੇ ਉੱਤੇ ਜਿੱਥੇ ਆਪਾਂ ਸਿਫਾਰਿਸ਼ ਕੀਤੀ ਖਾਦ ਉਹਨਾਂ ਨੂੰ ਘੱਟ ਖਾਦ ਪਾਉਂਦੇ ਹਾਂ ਅਤੇ ਨੈਨੋ ਯੂਰੀਆ 'ਤੇ ਸਪਰੇਅ ਕਰਦੇ ਹਾਂ, ਉਹਦੇ ਨਾਲ ਉੱਥੇ ਝਾੜ ਦੇ ਵਿੱਚ ਘਾਟਾ ਹੀ ਰਿਹਾ। ਇੱਕ ਗੱਲ ਮੈਂ ਇੱਥੇ ਤੁਹਾਨੂੰ ਸਾਰਿਆਂ ਨੂੰ ਦੱਸਣਾ ਬਹੁਤ ਜ਼ਰੂਰੀ ਸਮਝਦਾ, ਸਾਡਾ ਜਿਹੜਾ ਪੰਜਾਬ ਹੈ ਇਹਦੇ 'ਚ ਬੜੀ ਘਣੀ ਖੇਤੀ ਹੋ ਰਹੀ ਹੈ, ਜਿਹਦੇ 'ਚ ਅਸੀਂ ਝੋਨੇ ਦਾ ਜਿਹੜਾ ਝਾੜ ਹੈ 7 ਤੋਂ 8 ਟਨ ਲੈਂਦੇ ਹਾਂ ਅਤੇ ਕਣਕ ਦਾ ਜਿਹੜਾ ਝਾੜ ਹੈ 5 ਤੋਂ 6 ਟਨ ਪ੍ਰਤੀ ਹੈਕਟੇਅਰ ਲੈਂਦੇ ਹਾਂ ਅਤੇ 1 ਟਨ ਜਿਹੜਾ ਦਾਣੇ ਪੈਦਾ ਕਰਨ ਵਾਸਤੇ ਸਾਨੂੰ 25 ਕਿਲੋ ਜਿਹੜੀ ਹੈ ਨਾਈਟ੍ਰੋਜਨ ਲੱਗਦੀ ਹੈ, ਜਿਹਦੇ 'ਚ 20 ਕਿਲੋ ਨਾਈਟ੍ਰੋਜਨ ਦਾਣਿਆਂ ਚੱਲ ਜਾਂਦੀ ਹੈ, 5 ਕਿਲੋ ਜਿਹੜੀ ਹੈ ਪਰਾਲ 'ਚ ਰਹਿ ਜਾਂਦੀ ਹੈ। ਅਤੇ ਜਦੋਂ ਅਸੀਂ ਉਹੀ ਘਟਾਤੀ ਅਤੇ ਉਹ ਨੈਨੋ ਨੇ ਜੇ ਇੱਕ 500 ML ਦੀ ਬੋਤਲ ਦੇ ਵਿੱਚ ਜੇ 4% ਜਾਂ 8% ਕਹਿਣਗੇ ਤਾਂ ਉਹਦੇ 'ਚ 20 ਤੋਂ 40 ਗ੍ਰਾਮ ਨਾਈਟ੍ਰੋਜਨ ਜਿਹੜੀ ਹੈ ਪੈਦਾ ਹੁੰਦੀ ਹੈ। ਜੇ ਉਹਦਾ ਸਾਈਜ਼ ਛੋਟਾ ਹੋ ਜੂਗਾ, ਜਦਕਿ ਯੂਰੀਆ ਵੀ ਇੱਕ ਮੋਲੀਕਿਊਲਰ ਪੂਰੀ ਤਰ੍ਹਾਂ ਪਾਣੀ 'ਚ ਘੁਲਨਸ਼ੀਲ ਹੈ ਅਤੇ ਉਹਦੇ ਨਾਲ ਇਹਦਾ ਕੋਈ ਫਰਕ ਨਹੀਂ ਪੈਣ ਲੱਗਾ। ਜਦੋਂ ਅਸੀਂ ਬੂਟੇ ਨੂੰ ਫਸਲ ਨੂੰ ਪੂਰੀ ਮਾਤਰਾ ਦੇ ਵਿੱਚ ਖਾਦ ਹੀ ਨਹੀਂ ਦੇਵਾਂਗੇ ਤਾਂ ਉਹਦਾ ਜਿਹੜਾ ਵਿਸਤਾਰਾ, ਉਹਦਾ ਜਿਹੜਾ ਝਾੜ ਆ ਉਹਦੇ 'ਤੇ ਮਾੜਾ ਅਸਰ ਪੈਣਾ ਹੀ ਹੈ ਜਦ ਤੱਕ ਅਸੀਂ ਉਹਨੂੰ ਪੂਰੀ ਖਾਦ ਨਹੀਂ ਪਾਵਾਂਗੇ। ਉਹ ਇਸ ਸਾਲ ਉਹਨਾਂ ਨੇ ਸੁਪਰ ਨੈਨੋ ਯੂਰੀਆ ਤੋਂ ਬਾਅਦ ਵੀ ਇੱਕ ਹੋਰ ਪ੍ਰੋਡਕਟ ਲਿਆਂਦਾ ਜਿਹਨੂੰ ਉਹਨਾਂ ਨੇ ਕਿਹਾ ਨੈਨੋ ਪਲੱਸ, ਉਹਦੇ 'ਚ ਉਹ ਕਹਿੰਦੇ 16 ਤੋਂ 20% ਤੱਕ ਵਿੱਚ ਨਾਈਟ੍ਰੋਜਨ ਹੈਗੀ ਆ। ਉਹਦੇ ਟ੍ਰਾਇਲ ਜਿਹੜੇ ਪਹਿਲਾ ਸਾਲ ਹੈ ਉਹ ਹਲੇ ਚੱਲ ਰਹੇ ਹੈ, ਪਰ ਉਹਦੇ ਜਿਹੜੇ ਅਸੀਂ ਆਪਣਾ ਖੇਤ ਦੇ ਵਿੱਚ ਜਿਹੜੇ ਰਿਜ਼ਲਟ ਹੈ ਅਸੀਂ ਦਿਖਾਏ ਹੈ। ਐਤਕੀ ਐਗਰੀਕਲਚਰ ਆਫਿਸਰ ਵਰਕਸ਼ਾਪ ਹੋਈ ਸੀ, ਡਾਇਰੈਕਟਰ ਐਗਰੀਕਲਚਰ ਵੀ ਸੀਗੇ ਸਾਡੇ, ਯੂਨੀਵਰਸਿਟੀ ਦੇ ਅਫਸਰ ਵੀ ਸੀਗੇ, ਸਾਰੇ ਖੇਤੀਬਾੜੀ ਮਹਿਕਮੇ ਦੇ ਅਫਸਰ ਸੀਗੇ, ਸਭ ਨੂੰ ਦਿਖਾਇਆ ਵੀ ਉੱਥੇ ਵੀ ਝਾੜ ਦੇ ਵਿੱਚ ਮਾੜਾ ਅਸਰ ਹੀ ਹੈ ਜਿੱਥੇ ਅਸੀਂ ਇਹ ਪਾਇਆ। ਆਹ ਸਾਹਮਣੇ ਤੁਹਾਡੇ ਫੋਟੋਆਂ ਲੱਗੀਆਂ, ਤੁਸੀਂ ਦੇਖ ਸਕਦੇ ਹਾਂ ਵੀ ਕਲੋਰੋਫਿਲੀਆਂ ਜਿਹੜੀ ਹਰਾ ਰੰਗ ਜਿਹੜਾ ਕਿ ਉਹਦਾ ਹੈਗਾ ਉਹਦੇ 'ਤੇ ਕਿੰਨਾ ਮਾੜਾ ਅਸਰ ਪੈਂਦਾ, ਮੁੰਡਾ ਦਿਖਾਈ ਜੜ੍ਹਾਂ ਦੇ ਉੱਤੇ ਕਿੰਨਾ ਮਾੜਾ ਅਸਰ ਪੈਂਦਾ ਤੁਹਾਨੂੰ ਹੁਣੇ ਅਸੀਂ ਚਾਰਟ ਦੇ ਮਾਧਿਅਮ ਨਾਲ ਦੱਸ ਦਿਆਂਗੇ। ਹੁਣ ਤੁਸੀਂ ਇਹ ਜਿਵੇਂ ਇਹ ਚਾਰਟ ਦੇ ਵਿੱਚ ਤੁਹਾਨੂੰ ਭਾਲੀ ਭਾਂਤੀ ਪਤਾ ਲੱਗ ਜੂਗਾ ਵੀ ਆਹ ਟ੍ਰੀਟਮੈਂਟ ਦੇ ਵਿੱਚ ਜਿੱਥੇ ਅਸੀਂ ਅੱਧੀ ਯੂਰੀਆ ਆਪਾਂ ਜਿਹੜੀ ਜ਼ਮੀਨ 'ਚ ਪਾਈ ਹੈ ਨਾਲ 2 ਸਪਰੇ ਨੈਨੋ ਯੂਰੀਆ ਦੇ ਕੀਤੇ ਆ, ਅਤੇ ਇਹਦੇ 'ਚ ਯੂਰੀਆ ਦੇ ਕੀਤੇ ਆ, ਇਹਦੇ 'ਚ ਅਸੀਂ ਨੈਨੋ ਯੂਰੀਆ ਦੇ ਕੀਤੇ ਆ, ਅਤੇ ਆਹ ਜਿਹੜੀ ਫਸਲ ਹੈ ਇਹਦੇ 'ਚ ਆਪਾਂ ਪੂਰੀ ਦੀ ਪੂਰੀ ਖਾਦ ਜਿਹੜੀ ਜ਼ਮੀਨ 'ਚ ਪਾਈ ਹੈ। ਹੁਣ ਤੁਸੀਂ ਜੜ੍ਹਾਂ ਦਾ ਜਿਹੜਾ ਵਿਸਤਾਰਾ ਦੇਖ ਸਕਦੇ ਹਾਂ, ਇੱਥੇ ਪੂਰੀਆਂ ਜੜ੍ਹਾਂ ਬਣੀਆਂ ਹੋਈਆਂ, ਇੱਥੇ ਇਹਦੇ ਨਾਲ ਬਹੁਤ ਘੱਟ ਨੇ ਅਤੇ ਇੱਥੇ ਉਸ ਤੋਂ ਵੀ ਬਹੁਤ ਘੱਟ ਹੈ। ਇੱਥੇ ਤੁਸੀਂ ਦੇਖੋਗੇ ਤਾਂ ਬਿਲਕੁਲ ਨਹੀਂ ਖਾਦ ਪਾਈ, ਤਾਂ ਬਹੁਤ ਹੀ ਘੱਟ ਹੈ ਜੜ੍ਹਾਂ ਦਾ। ਹੁਣ ਇਹਦੇ ਨਾਲੋਂ ਇਹਦੇ 'ਤੇ ਥੋੜ੍ਹੀਆਂ ਜ਼ਿਆਦਾ, ਪਰ ਜਦੋਂ ਇਹਨਾਂ ਨੂੰ ਕੰਪੇਅਰ ਕਰੋਗੇ, ਆਹ ਤੁਸੀਂ 2 ਚੀਜ਼ਾਂ ਕੰਪੇਅਰ ਕਰਕੇ ਵੇਖੋ, ਇਹਦੇ ਜੜ੍ਹਾਂ ਦਾ ਵਿਸਤਾਰਾ ਬਹੁਤ ਜ਼ਿਆਦਾ ਕੰਪੇਅਰ ਟੂ ਜਿੱਥੇ ਅਸੀਂ ਨੈਨੋ ਯੂਰੀਆ ਪਾਉਂਦੇ ਹਾਂ। ਇਹਦੇ ਨਾਲ ਕੀ ਹੈ ਵੀ ਬਾਕੀ ਦੀਆਂ ਜਿਹੜੀਆਂ ਹੈਗੀਆਂ ਖੁਰਾਕੀ ਤੱਤਾਂ ਦੀ ਜਿਹੜੀ ਅਪਟੇਕ ਹੈ ਪਲਾਂਟ ਦੀ, ਉਹ ਬਹੁਤ ਘੱਟ ਜਾਂਦੀ ਹੈ। ਆਹ ਦੇਖੋ ਅਸੀਂ ਲਿਖਿਆ ਜਿਹੜੀ ਨਾਈਟ੍ਰੋਜਨ ਦੀ ਅਪਟੇਕ ਹੈ ਜਿੱਥੇ ਨੈਨੋ ਯੂਰੀਆ ਪਾਈ ਹੈ ਉੱਥੇ ਹੈਗੀ ਹੈ 70 ਕਿਲੋ, ਜਿੱਥੇ ਅਸੀਂ ਸਿਫਾਰਿਸ਼ ਕੀਤੀ ਖਾਦ ਪਾਈ ਹੈ ਉੱਥੇ 102 ਕਿਲੋ ਹੈ। ਇਵੇਂ ਜਿਵੇਂ ਜ਼ਿੰਕ ਦੀ ਅਪਟੇਕ ਇੱਥੇ 45 ਗ੍ਰਾਮ ਹੈ, ਇੱਥੇ 61 ਗ੍ਰਾਮ ਹੈ। ਕਾਪਰ ਦੀ ਅਪਟੇਕ ਇੱਥੇ 28 ਗ੍ਰਾਮ ਹੈ, ਇੱਥੇ ਹੈਗੀ ਹੈ 38 ਗ੍ਰਾਮ। ਅਤੇ ਇਹਦਾ ਮਤਲਬ ਕੀ ਹੈ, ਜਿਹੜੀ ਫਸਲ ਜਿਹੜੀ ਅਸੀਂ ਨੈਨੋ ਯੂਰੀਆ ਦੇ ਨਾਲ ਉਗਾਉਂਦੇ ਹਾਂ ਉਹਦੇ 'ਚ ਇਕੱਲਾ ਨਾਈਟ੍ਰੋਜਨ ਖੁਰਾਕੀ ਤੱਤ ਹੀ ਨਹੀਂ, ਬਾਕੀ ਦੇ ਸਾਰੇ ਖੁਰਾਕੀ ਤੱਤਾਂ ਦੇ ਵਿੱਚ ਵੀ ਕਾਫੀ ਘਾਟਾ ਹੁੰਦਾ, ਜਿਹੜਾ ਕਿ ਸਾਡੀ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ। ਜਿਵੇਂ ਜ਼ਿੰਕ ਦੀ ਜੇ ਗੱਲ ਕਰੀਏ, ਕਾਪਰ ਦੀ ਗੱਲ ਕਰੀਏ, ਇਹ ਹਿਊਮਨ ਨਿਊਟ੍ਰੀਸ਼ਨ ਵਾਸਤੇ ਬਹੁਤ ਇੰਪੋਰਟੈਂਟ ਹੈ।
ਇਵੇਂ ਜਿਵੇਂ ਇਕੱਲੇ ਇਹ ਦੋ ਨਹੀਂ, ਬਾਕੀ ਦੇ ਖੁਰਾਕੀ ਤੱਤ ਵੀ ਅਸੀਂ ਕੀਤੇ ਸਾਰੇ ਡਿਟਰਮਿਨ, ਸਾਰਿਆਂ 'ਚ ਘਾਟਾ ਪੈਦਾ ਹੁੰਦਾ ਕਿਉਂ ਜੋ ਜਦੋਂ ਜੜ੍ਹਾਂ ਦੇ ਵਿੱਚ ਜੜ੍ਹਾਂ ਦਾ ਵਿਸਤਾਰ ਹੀ ਨਹੀਂ ਹੋਇਆ ਤਾਂ ਉਹ ਬਾਕੀ ਦੇ ਨਿਊਟ੍ਰੀਐਂਟ ਦੀ ਆਪਟੇਕ ਵੀ ਘਟਣੀ। ਕਹਿ ਸਕਦੇ ਵੀ ਜਿਸ ਤਰ੍ਹਾਂ ਇੱਕ ਪਾਸੇ ਤਾਂ ਨਿਊਟ੍ਰੀਐਂਟ ਜਿਹੜੇ ਹੈਗੇ ਆ ਉਹ ਤਾਂ ਘਟਣਗੇ ਘਟਣਗੇ, ਨਾਲ ਹੀ ਤੁਸੀਂ ਦੱਸਿਆ ਵੀ ਫਸਲ ਦਾ ਝਾੜ ਵੀ ਘਟੇਗਾ, ਪਰ ਨਾਲ ਹੀ ਸਾਡੇ ਪੰਜਾਬ ਦੇ ਵਿੱਚ ਜਿਹੜੇ ਇੱਕ ਮੌਸਮ ਦੀ ਮਾਰ ਕਿਤੇ ਨਾ ਕਿਤੇ ਜ਼ਰੂਰ ਕਿਸਾਨਾਂ 'ਤੇ ਪੈਂਦੀ ਰਹੀ ਹੈ। ਜਦੋਂ ਕੁਦਰਤ ਦੀ ਮਾਰ ਪਊਗੀ, ਜਦੋਂ ਜੜ੍ਹਾਂ ਕਮਜ਼ੋਰ ਹੋਣਗੀਆਂ, ਤਾਂ ਕਹਿ ਸਕਦੇ ਨੇ ਵੀ ਜਦੋਂ ਥੋੜ੍ਹਾ ਬਹੁਤ ਮੀਂਹ ਪਊਗਾ, ਹਨੇਰੀਆਂ ਚੱਲਣਗੀਆਂ, ਤਾਂ ਫਸਲ ਉਸਨੂੰ ਘੱਟ ਸਹਿਣ ਸ਼ਕਤੀ ਘਟੇਗੀ ਉਹਦੀ। ਪੰਜਾਬੀ ਦੀ ਇੱਕ ਕਹਾਵਤ ਹੈ, ਮਾੜਾ ਸਰੀਰ ਬਿਮਾਰੀ ਦਾ ਘਰ, ਇਹੀ ਲਾਗੂ ਹੁੰਦੀ ਹੈ ਬੂਟਿਆਂ 'ਤੇ। ਜਦੋਂ ਬੂਟਿਆਂ ਨੂੰ ਖਾਦ ਹੀ ਪੂਰੀ ਨਹੀਂ ਮਿਲਣੀ, ਉਹ ਸਿਹਤਮੰਦ ਨਹੀਂ ਹੋਣਗੇ, ਤਾਂ ਕਿਸੇ ਵੀ ਬਿਮਾਰੀ ਦਾ ਜਾਂ ਕਿਸੇ ਵੀ ਨੈਚੁਰਲ ਕਲੈਮਿਟੀ ਦਾ ਸਾਹਮਣਾ ਕਰਨ ਦੇ ਵਿੱਚ ਅਸਮਰਥ ਰਹਿਣਗੇ। ਅਤੇ ਇਵੇਂ ਜਿਵੇਂ ਉਹਨਾਂ ਦੇ ਉੱਤੇ ਕੀੜਿਆਂ ਦੇ ਅਤੇ ਬਿਮਾਰੀਆਂ ਦਾ ਜਿਹੜਾ ਹਮਲਾ ਉਹ ਵੱਧ ਹੋਏਗਾ, ਅਤੇ ਇਸੇ ਕਰਕੇ ਬਿਮਾਰ ਬੂਟਾ ਜਿਹੜਾ ਆ ਉਹ ਜੇ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਹੈ, ਜੇ ਅਸੀਂ ਉਹਨੂੰ ਪੂਰੀ ਸਿਫਾਰਿਸ਼ ਕੀਤੀ ਖਾਦ ਦੇ ਨਾਲ ਨਹੀਂ ਪਾਵਾਂਗੇ, ਤਾਂ ਉਹਦੇ 'ਚ ਘਾਟਾ ਦੇਖਣ ਨੂੰ ਮਿਲੇਗਾ। ਹਾਂ, ਇੱਥੇ ਗੱਲ ਇੱਕ ਮੈਂ ਹੋਰ ਬਹੁਤ ਜ਼ਰੂਰੀ ਤੁਹਾਨੂੰ ਦੱਸਣਾ ਚਾਹੁੰਦਾ, ਇਫਕੋ ਨੇ ਜਦੋਂ ਨੈਨੋ ਯੂਰੀਆ ਲਾਂਚ ਕਰਕੇ ਇਹ ਕਿਹਾ ਵੀ ਇਹਦੇ ਨਾਲ ਅੱਧੀ ਯੂਰੀਆ ਬਚ ਜਾਂਦੀ ਹੈ, ਜਦਕਿ ਅੱਧੀ ਯੂਰੀਆ ਬਚਦੀ ਨਹੀਂ, ਉਹਦੇ 'ਚ ਝਾੜ ਨਾਲ ਘਾਟਾ ਪਿਆ, ਬਹੁਤ ਘਾਟਾ ਪੈਂਦਾ, ਪ੍ਰੋਟੀਨ 'ਚ ਵੀ ਘਾਟਾ ਪੈਂਦਾ। ਪਰ PAU ਵੱਲੋਂ ਪਹਿਲਾਂ ਤੋਂ ਹੀ ਬਹੁਤ ਇਹੋ ਜਿਹੀਆਂ ਖੇਤੀਬਾੜੀ ਤਕਨੀਕਾਂ ਡਿਵੈਲਪ ਕੀਤੀਆਂ ਗਈਆਂ ਜਿਹਦੇ 'ਚ ਅਸੀਂ ਕਹਿੰਦੇ ਹਾਂ ਅੱਧੀ ਯੂਰੀਆ ਸਾਡੀ ਬਚ ਜਾਂਦੀ ਹੈ। ਜਿਵੇਂ ਤੁਹਾਨੂੰ ਐਗਜ਼ਾਮਪਲ ਦੇ ਕੇ ਦੱਸਦਾ, ਅਸੀਂ ਕਹਿੰਦੇ ਹਾਂ ਝੋਨੇ ਤੋਂ ਪਹਿਲਾਂ ਢੈਂਚੇ ਦੀ ਜਾਂ ਸਣ ਦੀ ਜਿਹੜੀ ਹੈ ਗ੍ਰੀਨ ਮਨਿਓਰ ਕਰ ਦਿਓ, ਹਰੀ ਖਾਦ ਜ਼ਮੀਨ ਦੇ ਵਿੱਚ ਰਲਾ ਦਿਓ, ਤਾਂ ਅਸੀਂ ਕਹਿੰਦੇ ਹਾਂ ਅੱਧੀ ਖਾਦ ਜਿਹੜੀ ਝੋਨੇ ਨੂੰ ਬਚ ਜਾਂਦੀ ਹੈ। ਐਵੇਂ ਜਿਵੇਂ ਅਸੀਂ ਕਹਿੰਦੇ ਹਾਂ ਜਿਹੜੀ ਹੈ ਗਰਮੀ ਰੁੱਤ ਦੀ ਮੂੰਗੀ ਨੂੰ ਜੇ ਝੋਨੇ ਤੋਂ ਪਹਿਲਾਂ ਲੈ ਲਈਏ ਅਤੇ ਫਲੀਆਂ ਤੋੜ ਕੇ ਜਿਹੜਾ ਉਹਦਾ ਬਾਕੀ ਦਾ ਟਾਂਗਰੇ ਵਿੱਚ ਵਾਹ ਦਈਏ, ਤਾਂ ਅਸੀਂ ਕਹਿੰਦੇ ਹਾਂ ਅਤੇ ਇੱਕ ਤਿਹਾਈ ਜਿਹੜੀ ਹੈ ਨਾਈਟ੍ਰੋਜਨ ਖਾਦ ਦੀ ਅਸੀਂ ਬਚਤ ਕਰ ਸਕਦੇ ਹਾਂ। ਅਤੇ ਝਾੜ ਦੇ ਉੱਤੇ ਮਾੜਾ ਨਹੀਂ ਬਹੁਤ ਚੰਗਾ ਅਸਰ ਪੈਂਦਾ ਨਾਲੇ, ਕਿਉਂ ਜੋ ਉਹ ਨਾਈਟ੍ਰੋਜਨ ਦਿੰਦੀ ਦਿੰਦੀ ਹੈ, ਜ਼ਮੀਨ ਦੇ ਵਿੱਚ ਜੈਵਿਕ ਮਾਦਾ ਵੀ ਵਧਾਉਂਦੀ ਹੈ ਜਿਹੜਾ ਹੋਰ ਵੀ ਬਾਕੀ ਨਿਊਟ੍ਰੀਐਂਟ ਆਪਣਾ ਖੁਰਾਕੀ ਤੱਤਾਂ ਦੀ ਉਪਲਬਧਤਾ ਨੂੰ ਵਧਾਉਂਦਾ। ਐਵੇਂ ਜਿਵੇਂ ਕਣਕ ਦੇ ਵਿੱਚ ਵੀ ਜੇ ਅਸੀਂ ਰੂੜੀ ਪਾਈਏ ਜਾਂ ਪ੍ਰੈਸ ਮੱਡ ਪਾਈਏ ਜਾਂ ਮੁਰਗੀਆਂ ਦੀ ਖਾਦ ਪਾਈਏ, ਉਹਦੇ ਨਾਲ ਵੀ 25% ਜਿਹੜੀ ਹੈ ਨਾਈਟ੍ਰੋਜਨ ਅਤੇ ਫਾਸਫੋਰਸ ਦੋਵਾਂ ਖਾਦਾਂ ਦੀ ਬਚਤ ਹੁੰਦੀ ਹੈ।